ਸ਼ਖਸ ਦੇ ਖਾਤੇ ਚੋਂ ਉੱਡੇ 35,50,000 ਰੁਪਏ। 35 ਲੱਖ ਦੀ ਮੇਰੀ ਹੋਈ ਹੈ ਜਿਹੜੀ ਤੇਰਾ ਫੇਰ। ਇੱਕ ਫੋਨ ਤੋਂ ਬਾਅਦ ਉੱਡਣੇ ਸ਼ੁਰੂ ਹੋਏ ਪੈਸੇ। 2022 ਚ ਵੀ ਖਾਤੇ ਚੋਂ ਉੱਡੇ ਸੀ 7 ਲੱਖ ਰੁਪਏ। ਉਸ ਤੋਂ ਪਹਿਲਾਂ 7 ਲੱਖ ਰੁਪਏ ਦੀ ਹੋਈ ਸੀ। ਬੈਂਕ ਕੋਲ ਗਿਆ ਤਾਂ ਉਹਨਾਂ ਨੇ ਵੀ ਹੱਥ ਕੀਤੇ ਖੜੇ ਤੇ ਉਸ ਬੈਂਕ ਵਿੱਚ ਜਾ ਕੇ ਜਦੋਂ ਮੈਂ ਗੱਲ ਕੀਤੀ ਤਾਂ ਪਹਿਲਾਂ ਤਾਂ ਸਾਰੇ ਹੱਸਣ ਲੱਗ ਪਏ। ਦੱਸਦੀਏ ਕਿ ਹੁਣ ਇੱਕ ਸਾਈਬਰ ਠੱਗਾਂ ਦੇ ਵੱਲੋਂ ਨਵਾਂ ਹੀ ਠੱਗੀ ਦਾ ਤਰੀਕਾ ਲੱਭਿਆ ਗਿਆ। ਦਰਅਸਲ ਹੁਣ ਫੋਨ ਕਾਲ ਕਰਨ ਤੋਂ ਬਾਅਦ ਖਾਤੇ ਦੇ ਵਿੱਚੋਂ ਪੈਸੇ ਉੱਡਣੇ ਸ਼ੁਰੂ ਹੋ ਜਾ ਰਹੇ ਨੇ ਤੇ ਅਜਿਹਾ ਹੀ ਇੱਕ ਮਾਮਲਾ ਹੁਣ ਸਾਹਮਣੇ ਆਇਆ ਜਿੱਥੇ ਕਿ ਸ਼ਖਸ ਦੇ ਖਾਤੇ ਦੇ ਵਿੱਚੋਂ 35,50,000 ਰੁਪਏ ਉੱਡੇ ਨੇ। ਹਾਲਾਂਕਿ ਉਸਦੇ ਨਾਲ ਇਹ ਕੋਈ ਪਹਿਲੀ ਵਾਰ ਠੱਗੀ ਨਹੀਂ ਹੋਈ। 2022 ਦੇ ਵਿੱਚ ਵੀ ਉਸਦੇ ਨਾਲ 7 ਲੱਖ ਰੁਪਏ ਦੀ ਠੱਗੀ ਵੱਜ ਚੁੱਕੀ ਹੈ ਤੇ ਹੁਣ ਜਦੋਂ 35,50,000 ਰੁਪਏ ਦੀ ਠੱਗੀ ਵੱਜੀ ਹੈ ਤਾਂ ਇਸ ਤੋਂ ਬਾਅਦ ਉਹ ਜਦੋਂ ਬੈਂਕ ਦੇ ਵਿੱਚ ਗਿਆ ਤਾਂ ਬੈਂਕ ਮੁਲਾਜ਼ਮਾਂ ਨੇ ਵੀ ਹੱਥ ਖੜੇ ਕਰ ਦਿੱਤੇ। ਹਾਲਾਂਕਿ ਉਸਦੀ ਦਿੱਕਤ ਨੂੰ ਸੁਣਨ ਦੀ ਥਾਂ ਬੈਂਕ ਵਾਲਿਆਂ ਨੇ ਵੀ ਦੰਦ ਕੱਢਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਦੁਖੀ ਹੋਏ ਵਿਅਕਤੀ ਦੇ ਵੱਲੋਂ ਹੁਣ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਨ੍ਹਾਂ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਕਿ ਪਠਾਨਕੋਟ ਦੇ ਵਿੱਚ ਰਹਿਣ ਵਾਲੇ ਇਸ ਸ਼ਖਸ ਨੂੰ ਪਹਿਲਾਂ ਤਾਂ ਇੱਕ ਫੋਨ ਕਾਲ ਆਉਂਦਾ ਤੇ ਉਸ ਫੋਨ ਕਾਲ ਤੋਂ ਬਾਅਦ ਕਿਹਾ ਜਾ ਰਿਹਾ ਕਿ ਫੋਨ ਦੇ ਵਿੱਚ ਇਨਕਮਿੰਗ ਜੋ ਹੈ ਉਹ ਬੰਦ ਹੋ ਜਾਂਦੀ ਹੈ ਤੇ ਲਗਾਤਾਰ ਉਸਦੇ ਖਾਤੇ ਦੇ ਵਿੱਚੋਂ 5-5 ਲੱਖ ਰੁਪਏ ਕਰਕੇ ਕੱਟਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਉਹ ਫੋਨ ਦੇ ਵਿੱਚ ਮੈਸੇਜ ਦੇਖਦਾ, ਅਕਾਊਂਟ ਡਿਟੇਲ ਦੇਖਦਾ ਤਾਂ ਉਸਨੂੰ ਦੇਖ ਕੇ ਪਹਿਲਾਂ ਤਾਂ ਉਸਦੇ ਪੈਰਾਂ ਦੇ ਥੱਲੋਂ ਵੀ ਜ਼ਮੀਨ ਖਿਸਕ ਜਾਂਦੀ ਹੈ ਤੇ ਫਿਰ ਜਦੋਂ ਉਹ ਬੈਂਕ ਦੇ ਵਿੱਚ ਆਪਣੀ ਪ੍ਰੋਬਲਮ ਨੂੰ ਲੈ ਕੇ ਜਾਂਦਾ ਤਾਂ ਉੱਥੇ ਜਾ ਕੇ ਬੈਂਕ ਮੁਲਾਜ਼ਮਾਂ ਨੇ ਮਦਦ ਕਰਨ ਦੀ ਥਾਂ ਸਗੋਂ ਉਸਦੀ ਪਰੇਸ਼ਾਨੀ ਦੇ ਉੱਤੇ ਦੰਦ ਕੱਢਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਦੁਖੀ ਹੋਏ ਵਿਅਕਤੀ ਨੇ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ। ਹਾਲਾਂਕਿ ਇਸ ਸ਼ਖਸ ਦੇ ਨਾਲ ਇਹ ਕੋਈ ਪਹਿਲੀ ਠੱਗੀ ਦਾ ਮਾਮਲਾ ਨਹੀਂ ਹੈ। 2022 ਦੇ ਵਿੱਚ ਵੀ ਇਸ ਸ਼ਖਸ ਦਾ ਕਹਿਣਾ ਹੈ ਕਿ 7 ਲੱਖ ਰੁਪਏ ਦੀ ਠੱਗੀ ਵੱਜੀ ਹੈ। ਹਾਲੇ ਤੱਕ ਉਸਦਾ ਕੋਈ ਵੀ ਇਨਸਾਫ ਨਹੀਂ ਸੀ ਮਿਲਿਆ, ਪਰ ਦੂਜੇ ਪਾਸੇ ਹੁਣ ਕੁਝ ਦਿਨ ਪਹਿਲਾਂ 35,50,000 ਰੁਪਏ ਵੀ ਉਸਦੇ ਖਾਤੇ ਦੇ ਵਿੱਚੋਂ ਉੱਡ ਗਏ ਨੇ, ਜਿਸ ਤੋਂ ਹੁਣ ਉਹ ਕਾਫੀ ਜ਼ਿਆਦਾ ਦੁਖੀ ਹੈ। ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਜੋ ਦੋਸ਼ੀ ਨੇ ਉਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਵੀ ਵਿਅਕਤੀ ਦਾ ਉਹ ਨੁਕਸਾਨ ਨਾ ਕਰ ਸਕਣ। ਮੇਰਾ ਨਾਮ ਕੁਨਾਲ ਬਜਾਜ, ਸਾਡੀ ਫਰਮ ਹੈ ਗਣਪਤ ਰਾਮ ਬਜਾਜ, ਪਿਛੇ ਰੋਡ ਤੇ ਪੈਂਦੀ ਫਰਮ ਸਾਡੀ। ਇਹ ਕੀ ਹੋਇਆ ਤੁਹਾਡੇ ਨਾਲ, ਕਿਸ ਤਰ੍ਹਾਂ ਠੱਗੀ ਹੋਈ, ਉਹਦੇ ਇਹਦਾ ਪਤਾ ਕਿਸ ਤਰ੍ਹਾਂ ਲੱਗਾ ਤੁਹਾਨੂੰ? ਮੈਨੂੰ 16 ਤਰੀਕ ਨੂੰ 100 ਰੁਪਏ ਦਾ ਮੇਰਾ ਇੱਕ ਮੈਸੇਜ ਆਇਆ ਤੇ ਆਪਾਂ ਇਗਨੋਰ ਕਰਤਾ ਉਸ ਚੀਜ਼ ਨੂੰ ਤੇ 17 ਤਰੀਕ ਨੂੰ ਮੇਰੇ ਅਕਾਊਂਟ 'ਚ ਪੈਸੇ ਨਿਕਲਣੇ ਸ਼ੁਰੂ ਹੋ ਗਏ 5-5 ਲੱਖ ਕਰਕੇ ਤੇ ਸਾਨੂੰ 18 ਤਰੀਕ ਨੂੰ ਮੈਂ ਆਪਣਾ ਫੋਨ ਚੈੱਕ ਕੀਤਾ ਨੈੱਟ ਬੈਂਕਿੰਗ ਤੇ ਉੱਥੇ ਦੇਖਿਆ ਮੇਰੇ ਪੈਸੇ ਕੱਟ ਰਹੇ ਤੇ ਮੈਂ ਜਦੋਂ ਬੈਂਕ ਕਾਲ ਕੀਤੀ ਤਾਂ ਉਹ ਕਹਿ ਰਹੇ ਤੁਹਾਡੇ ਅਕਾਊਂਟ 'ਚੋਂ ਨਾ ਪੈਸੇ ਟ੍ਰਾਂਸਫਰ ਹੋ ਰਹੇ ਹੈਗੇ। ਫਿਰ ਮੈਂ ਬੈਂਕ ਗਿਆ ਜਲਦੀ ਜਲਦੀ ਤੇ ਉਸ ਬੈਂਕ ਵਿੱਚ ਜਾ ਕੇ ਜਦੋਂ ਮੈਂ ਗੱਲ ਕੀਤੀ ਤਾਂ ਪਹਿਲਾਂ ਤਾਂ ਸਾਰੇ ਹੱਸਣ ਲੱਗ ਪਏ ਕਿ ਇੱਕ ਬੰਦੇ ਨੂੰ ਹੌਸਲਾ ਦੇਣ ਦੀ ਬਜਾਇ ਉਹ ਤਾਂ ਤਮਾਸ਼ਾ ਬਣਾ ਰਹੇ ਹੋ, ਇਹ HDFC ਬੈਂਕ ਦਾ ਇਹ ਹਾਲ ਹੈ। ਫਿਰ ਸਾਰੇ ਅਕਾਊਂਟ ਫਰੀਜ਼ ਕਰਵਾਏ ਉਸਨੇ। ਉਸੀ ਵੇਲੇ ਮੈਂ ਸਾਈਬਰ ਕ੍ਰਾਈਮ 'ਚ ਗਿਆ, ਸਾਈਬਰ ਕ੍ਰਾਈਮ ਨੇ ਮੇਰਾ ਉਹ ਕਹਿ ਰਹੇ 19-30 ਤੋਂ ਪਹਿਲਾਂ ਕੰਪਲੇਂਟ ਦਰਜ ਹੋਏਗੀ ਤਾਂ ਉਸ ਤੋਂ ਬਾਅਦ ਕੰਮ ਬਣੇਗਾ ਅੱਗੇ। ਫਿਰ ਚਲੋ ਉਹਨਾਂ ਨੇ ਫਿਰ ਵੀ ਜੋ ਵੀ ਹੈਗਾ ਕਹਿੰਦੇ ਐਪਲੀਕੇਸ਼ਨ ਲਿਖਾਓ, ਟਾਈਪ ਕਰਾਓ ਅਤੇ ਉਸ ਤੋਂ ਬਾਅਦ ਤੁਹਾਡਾ ਆਪਾਂ ਕਰਨੇ ਹੈ। ਫਿਰ ਉਹਨਾਂ ਨੇ ਜਦੋਂ ਮੈਂ ਐਪਲੀਕੇਸ਼ਨ ਲਿਖ ਕੇ ਦਿੱਤੀ ਤਾਂ ਉਹਨਾਂ ਨੇ ਮੇਰੀ ਕਾਰਵਾਈ ਸ਼ੁਰੂ ਕਰਤੀ। ਕਿੰਨਾ ਨੁਕਸਾਨ ਹੁਣ ਤੱਕ ਤੁਹਾਡਾ ਹੋਇਆ ਆ, ਪੁਲਿਸ ਵੱਲੋਂ ਕੀ ਸਹਿਯੋਗ ਮਿਲ ਰਿਹਾ, ਬੈਂਕ ਵੱਲੋਂ ਕੋਈ ਕੀ ਸਹਿਯੋਗ ਮਿਲ ਰਿਹਾ? ਸਾਡੇ 35 ਲੱਖ ਦੀ ਮੇਰੀ ਹੋਈ ਹੈ ਜਿਹੜੀ ਤੇਰਾ ਫੇਰ, ਉਸ ਤੋਂ ਪਹਿਲਾਂ 7 ਲੱਖ ਰੁਪਏ ਦੀ ਹੋਈ ਸੀ ਤੇ 7 ਲੱਖ ਦਾ ਤਾਂ ਮੈਨੂੰ ਹਜੇ ਤੱਕ ਕੋਈ ਜਵਾਬ ਨਹੀਂ ਲੱਗ ਰਿਹਾ। 8-8-2022 'ਚ ਮੇਰਾ ਕੰਮ ਹੋਇਆ ਸੀ ਅਗਲਾ ਤੇ ਇਹ 35 ਲੱਖ ਦੀ 17 ਤਰੀਕ ਨੂੰ ਮੇਰਾ ਕਾਂਡ ਹੋਇਆ।
ਕਿਸ ਤਰ੍ਹਾਂ ਹੁਣ ਫਿਰ ਕਿਸ ਤਰ੍ਹਾਂ ਇੱਡੀ ਵੱਡੀ ਅਮਾਊਂਟ ਜਿਹੜੀ ਹੈ ਤੁਹਾਡੇ ਬੈਂਕ ਦੇ ਖਾਤੇ ਦੇ ਵਿੱਚੋਂ ਨਿਕਲ ਚੁੱਕੀ ਆ, ਹੁਣ ਕੰਮ ਕਾਰ ਦੇ ਕੀ ਹਾਲਾਤ? ਦੇਖੋ ਜੀ, ਉੱਦਾਂ ਤਾਂ ਮਾਰਕੀਟ 'ਚ ਕਾਰੋਬਾਰ ਬਿਲਕੁਲ ਵੀ ਨਹੀਂ ਹੈਗਾ, ਜੇ ਇੱਦਾਂ ਠੱਗੀਆਂ ਹੋਣ ਲੱਗ ਪਈਆਂ ਤਾਂ ਆਪਾਂ ਕਾਰੋਬਾਰ ਕਿੱਦਾਂ ਕਰਾਂਗੇ? ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਜਾਂ ਆਪਣੇ ਬੈਂਕ ਵੱਲੋਂ, ਬੈਂਕ ਨੂੰ ਕੀ ਕਹਿਣਾ ਚਾਹੁੰਦੇ? ਮੈਂ ਇਹ ਕਹਿੰਦਾ ਮੇਰਾ ਜਿਹੜੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ, ਮੈਨੂੰ ਜਿਹੜੇ ਮੇਰੇ ਪੈਸੇ ਮੈਨੂੰ ਵਾਪਸ ਮਿਲ ਜਾਣ। ਨਾ ਅਜੇ ਤੱਕ 7 ਲੱਖ ਮਿਲਿਆ, ਨਾ ਅਜੇ ਤੱਕ 35 ਲੱਖ ਮਿਲਿਆ। ਨਹੀਂ, ਇਹ ਜਿਹੜਾ 7 ਲੱਖ ਤੇ ਤੁਸੀਂ ਜ਼ਿਕਰ ਕਰ ਰਹੇ ਹੋ, ਇਹ 7 ਲੱਖ ਕਦੋਂ ਤੁਹਾਡੇ ਖਾਤੇ ਵਿੱਚ? ਇਹ 7 ਲੱਖ ਮੈਂ ਕੱਟਿਆ ਸੀ ਚੈੱਕ GMS ਟ੍ਰੇਡਿੰਗ ਕੰਪਨੀ ਨੂੰ, ਅਤੇ ਬੈਂਕ ਨੇ ਇਸ ਨਾਮ ਨੂੰ ਪੜਿਆ ਨਹੀਂ ਅਤੇ ਬੈਂਕ ਨੇ ਉਸ ਅਕਾਊਂਟ ਵਿੱਚ ਟ੍ਰਾਂਸਫਰ ਕਰਤਾ, ਉਹ ਸੀ ਸੇਵਿੰਗ ਖਾਤਾ ਆਸ਼ੀਸ਼ ਕੁਮਾਰ ਦੇ ਨਾਮ 'ਤੇ। ਤੇ ਇਹਦੇ ਬਾਰੇ ਬੈਂਕ ਨੂੰ ਕੰਪਲੇਨ ਨਹੀਂ ਕੀਤੀ ਕਿ ਤੁਸੀਂ ਦੂਸਰੇ ਬੰਦੇ ਦੇ ਖਾਤੇ ਵਿੱਚ ਪੈਸੇ ਪਾਤੇ? ਆਪਾਂ ਬੈਂਕ ਨੂੰ ਕੰਪਲੇਨ ਕੀਤੀ, ਬੈਂਕ ਕਹਿੰਦੇ ਆਪਾਂ ਨਾਮ ਨਹੀਂ ਪੜ੍ਹਦੇ ਤਾਂ ਆਪਾਂ ਬਸ ਅਕਾਊਂਟ ਨੰਬਰ ਚੈੱਕ ਕਰਨੇ ਆ। ਤਾਂ ਧਰਮ ਪਤਨੀ ਵੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਪਰਿਵਾਰ 'ਤੇ ਕਿੰਨਾ ਅਸਰ ਪਿਆ। ਮੈਡਮ, ਜਿਸ ਵੇਲੇ ਇਹ ਸਾਰਾ ਕੁਝ ਹੋਇਆ ਉਹਦੇ ਬਾਅਦ ਇਹਨਾਂ ਦੇ ਕੀ ਹਾਲਾਤ ਸੀਗੇ ਜਾਂ ਪਰਿਵਾਰ ਦੇ ਕੀ ਹਾਲਾਤ? ਸਰ, ਇਹ ਇੰਨੇ ਕੁ ਜ਼ਿਆਦਾ ਸੜੀ ਗਏ, ਇਹ ਤਾਂ ਰਾਤੀ ਕਹਿ ਰਹੇ ਸੀ ਮੈਂ ਕੁਛ ਖਾ ਕੇ ਆਪਣੇ ਆਪ ਨੂੰ ਮਾਰ ਲੈਣਾ। ਫਿਰ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਹੌਸਲਾ ਦਿੱਤਾ, ਮੈਂ ਕਿਹਾ ਪਿੱਛੇ ਪਰਿਵਾਰ ਦਾ ਕੀ ਹੋਏਗਾ। ਹੁਣ ਇਸ ਵੇਲੇ ਇਹਨਾਂ ਨੂੰ ਡਾਇਬਟੀਜ਼ ਹੈ ਸਰ, ਅਸੀਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਇਸ ਚੀਜ਼ ਨੂੰ ਲੈ ਕੇ, ਔਰ ਸਾਡੀ ਨਾ ਪਿੱਛੇ 7 ਲੱਖ ਦੀ ਕੋਈ ਸੁਣਵਾਈ ਹੋਈ ਔਰ ਨਾ ਅੱਗੇ ਸਾਨੂੰ ਕੁਛ ਨਜ਼ਰ ਆ ਰਿਹਾ। ਤਾਂ ਦੇਖਿਆ ਤੁਸੀਂ ਕਿ ਪਰਿਵਾਰ ਕਾਫੀ ਜਿਹੜਾ ਉਹ ਭਾਵੁਕ ਦਿਸ ਰਿਹਾ ਔਰ ਲਗਾਤਾਰ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਹੋਇਆ ਦਿਸ ਰਿਹਾ ਕਿ ਉਹਨਾਂ ਦੀ ਮਿਹਨਤ ਦੀ ਕਮਾਈ ਕਿਸੇ ਤਰੀਕੇ ਉਹਨਾਂ ਤੱਕ ਪਹੁੰਚਾਤੀ ਜਾਵੇ ਤਾਂ ਜੋ ਉਹਨਾਂ ਦਾ ਪਰਿਵਾਰ ਮੁੜ ਪੈਰਾਂ 'ਤੇ ਖੜਾ ਹੋ ਸਕੇ। ਜਿੰਦਰ ਕੁਮਾਰ, ਨਿਊਜ਼ 18 ਪੰਜਾਬ, ਪਠਾਨਕੋਟ।